D5 ਚੈਨਲ ਵੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਜਗਦੀਪ ਸਿੰਘ ਥਲੀ। ਦਰਸ਼ਕੋ, ਵਿੱਕੀ ਗਾਉਂਡਰ ਦੀ ਮੌਤ ਦੇ ਮਾਮਲਾ ਗਰਮਾਇਆ ਹੋਇਆ। ਵਿੱਕੀ ਗਾਉਂਡਰ ਦੇ ਮਾਮੇ ਦੇ ਵੱਲੋਂ ਬਿਆਨ ਦਿੱਤਾ ਗਿਆ ਸੀਗਾ ਕਿ ਵਿੱਕੀ ਗਾਉਂਡਰ ਨੂੰ ਇਨਕਾਊਂਟਰ ਕਰਨ ਵਾਲਾ ਇੰਸਪੈਕਟਰ ਬਰਾੜ ਵਿੱਕੀ ਗਾਉਂਡਰ ਦਾ ਦੋਸਤ ਹੈ ਅਤੇ ਉਹਦੇ ਨਾਲ ਹੀ ਪੜਿਆ ਖੇਡਿਆ। ਵਿੱਕੀ ਗਾਉਂਡਰ ਦੇ ਮਾਮੇ ਦੇ ਮੁਤਾਬਿਕ ਬਰਾੜ ਨੇ ਹੀ ਵਿੱਕੀ ਗਾਉਂਡਰ ਨੂੰ ਅਰੈਸਟ ਹੋਣ ਦੇ ਲਈ ਬੁਲਾਇਆ ਸੀਗਾ, ਪਰ ਧੋਖੇ ਦੇ ਨਾਲ ਉਸਦਾ ਕਤਲ ਕਰ ਦਿੱਤਾ ਗਿਆ। ਪਰ ਇਸ ਮਾਮਲੇ ਦੇ ਵਿੱਚ ਬਰਾੜ ਦਾ ਕੀ ਕਹਿਣਾ? ਇੰਸਪੈਕਟਰ ਬਰਾੜ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ, ਫੋਨ ਦੇ ਰਾਹੀਂ ਅਸੀਂ ਰਾਬਤਾ ਕਰ ਰਹੇ ਹਾਂ ਬਰਾੜ ਦੇ ਨਾਲ। ਬਰਾੜ ਸਾਹਿਬ, ਮੇਰੀ ਆਵਾਜ਼ ਸੁਣ ਪਾ ਰਹੇ ਹੋ? ਹੈਲੋ ਇੰਸਪੈਕਟਰ ਬਰਾੜ, ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਜਿਵੇਂ ਵਿੱਕੀ ਗਾਉਂਡਰ ਦੇ ਮਾਮੇ ਦੇ ਵੱਲੋਂ ਤੁਹਾਡੇ 'ਤੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਵਿੱਕੀ ਗਾਉਂਡਰ ਦੇ ਨਾਲ ਪੜ੍ਹੇ ਹੋ, ਉਹਨਾਂ ਦੇ ਨਾਲ ਖੇਡਿਓ, ਅਤੇ ਤੁਹਾਡੇ ਵੱਲੋਂ ਉਸਨੂੰ ਕਤਲ ਕੀਤਾ ਗਿਆ, ਕੀ ਕਹਿਣਾ ਚਾਹੋਗੇ? ਇਹ ਸਾਰਾ ਬੇਸਲੈਸ ਆ ਜੀ। ਬਾਕੀ ਮੇਰੇ ਆਫੀਸਰ ਨੇ ਜਿਹੜੇ ਸੀਨੀਅਰ ਆਫੀਸਰ AG ਚੌਹਾਨ ਸਾਹਿਬ ਵਗੈਰਾ, ਤੁਹਾਨੂੰ ਸਾਰੀ ਡਿਟੇਲ ਦੱਸ ਦੇਣਗੇ। ਚੌਹਾਨ ਸਾਹਿਬ ਜਾਂ ਹੋਰ ਅਫਸਰ ਨੇ, ਸੀਨੀਅਰ ਅਫਸਰ, ਟੋਟਲੀ ਬੇਸਲੈਸ ਹੈ। ਨਾ ਮੇਰਾ ਕੋਈ ਅਫਸਰ ਲੈਣਾ, ਨਾ ਦੇਣਾ, ਨਥਿੰਗ। ਅਸੀਂ ਜੋ ਸਾਨੂੰ ਡਿਊਟੀ ਚਾਹੀਦੀਆਂ ਨੇ ਅਸੀਂ ਆਪਦੇ ਉਹ ਕਰ ਰਹੇ ਹਾਂ। ਨਥਿੰਗ ਜੀ, ਮਤਲਬ ਤੁਹਾਡਾ ਕੋਈ ਸਬੰਧ ਨਹੀਂ ਹੈਗਾ? ਨਹੀਂ ਜੀ, ਨਹੀਂ, ਨਥਿੰਗ ਟੂ। ਤੇ ਦੂਜਾ ਇਹ ਵੀ ਕਿਹਾ ਕਿ ਜਿਹੜੀ ਟਾਹਣੀ ਤੇ ਜਿੱਥੇ ਵਾਰਦਾਤ ਹੋਈ ਹੈ, ਜਿਸ ਸ਼ਹਿਰ ਦੇ ਵਿੱਚ, ਕਸਬੇ ਦੇ ਵਿੱਚ ਇਹ ਵਾਰਦਾਤ ਹੁੰਦੀ ਹੈਗੀ ਆ, ਉਹ ਤੁਹਾਡੇ ਸਹੁਰਿਆਂ ਦੀ ਟਾਹਣੀ ਪੈਂਦੀ ਹੈ? ਨਹੀਂ ਜੀ, ਨਹੀਂ, ਨਥਿੰਗ ਟੂ। ਮੇਰਾ ਕੋਈ ਰਾਜਸਥਾਨ ਚ ਰਿਸ਼ਤੇਦਾਰੀ ਨਹੀਂ। ਅੱਛਾ ਜੀ, ਤੁਹਾਡਾ ਕਲਾਸਮੇਟ ਦੱਸਿਆ ਜਾ ਰਿਹਾ ਗਾਉਂਡਰ ਨੂੰ? ਹਾਂ ਜੀ, ਮੇਰਾ ਤਾਂ, ਮੈਂ ਐਲਡਰ 10-11 ਸਾਲ ਸਰਾਸਰ ਝੂਠ ਨੇ। ਉਹਨਾਂ ਦੇ ਮੁਤਾਬਿਕ ਰਾਜਸਥਾਨ ਦੇ ਵਿੱਚ ਕੋਈ ਉਹਨਾਂ ਦੀ ਰਿਸ਼ਤੇਦਾਰੀ ਨਹੀਂ ਪੈਂਦੀ, ਨਾ ਹੀ ਉਸ ਏਰੀਏ ਦੇ ਵਿੱਚ ਉਹਨਾਂ ਦੇ ਸਹੁਰੇ ਨੇ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਉਮਰ ਨਾਲੋਂ ਉਹ ਵਿੱਕੀ ਗਾਉਂਡਰ ਤੋਂ 10-11 ਸਾਲ ਵੱਡੇ ਨੇ, ਤਾਂ ਉਹਨਾਂ ਦਾ ਜਿਹੜਾ ਹੈਗਾ ਇੱਕ ਸੰਪਰਕ ਜਾਂ ਕਲਾਸ ਫੈਲੋ ਕਿਵੇਂ ਹੋ ਸਕਦੇ ਨੇ? ਸੋ ਇਸ ਮਾਮਲੇ ਦੇ ਵਿੱਚ ਬਰਾੜ ਦੇ ਵੱਲੋਂ ਵੀ ਬਿਆਨ ਜਿਹੜਾ ਸਾਹਮਣੇ ਆ ਚੁੱਕਾ ਹੈ, ਪਰ ਸਰਕਾਰ ਇਸ ਨੂੰ, ਵਿੱਕੀ ਗਾਉਂਡਰ ਦੇ ਮਾਮੇ ਦੇ ਬਿਆਨ ਨੂੰ ਕਿਵੇਂ ਲੈਂਦੀ ਹੈ, ਅਤੇ ਸਾਰੇ ਮਾਮਲੇ ਦੇ ਉੱਤੇ ਪਰਦਾ ਕਿਵੇਂ ਚੁੱਕਿਆ ਜਾਂਦਾ ਹੈ? ਜਿਵੇਂ ਬਰਾੜ ਵੀ ਕਹਿ ਚੁੱਕੇ ਨੇ ਕਿ ਜਿਹੜੇ ਇਸ ਦੇ ਉੱਤੇ ਜਿਹੜਾ ਮੁੱਖ ਤੌਰ 'ਤੇ ਜਿਹੜਾ ਸਾਹਮਣੇ ਸਪਸ਼ਟੀਕਰਨ ਆਏਗਾ, ਉਹ ਜਿਹੜੇ ਇੰਸਪੈਕਟਰ ਬਰਾੜ ਦੇ ਵੱਡੇ ਜਿਹੜੇ ਅਫਸਰ ਹੈਗੇ ਨੇ ਉਹ ਲੋਕ ਹੀ ਦੱਸ ਪਾਉਣਗੇ। ਪਰ ਇਹ ਸੀ ਬਰਾੜ ਦਾ ਬਿਆਨ, ਜਿਸ ਦੇ ਵਿੱਚ ਉਹਨਾਂ ਨੇ ਵਿੱਕੀ ਗਾਉਂਡਰ ਦੇ ਮਾਮੇ ਵੱਲੋਂ ਦਿੱਤਾ ਗਿਆ ਬਿਆਨ ਨੂੰ ਸਰਾਸਰ ਝੂਠ ਦੱਸਿਆ। ਤੁਸੀਂ ਵੇਖਦੇ ਰਹੋ D5 ਚੈਨਲ, ਮੈਨੂੰ ਦਿਓ ਇਜਾਜ਼ਤ, ਧੰਨਵਾਦ।